ਕੋਰਟ ਦੇ ਵਿੱਚ ਕੇਸ ਚੱਲ ਰਿਹਾ ਸੀ। ਦੋਹੇ ਧਿਰ ਆਪਸ ਦੇ ਵਿੱਚ ਇੱਕ ਦੂਜੇ ਦੇ ਨਾਲ ਬਹਿਸ ਕਰ ਰਹੇ ਸਨ, ਲੇਕਿਨ ਦੋਹਾਂ ਨੂੰ ਪਤਾ ਸੀ ਵੀ ਅੱਜ ਵੱਡਾ ਫੈਸਲਾ ਆਉਣਾ ਹੈ ਅਤੇ ਦੋਹੇ ਜਿਹੜੇ ਹੈ ਉਹ ਇਸ ਫੈਸਲੇ ਦਾ ਇੰਤਜ਼ਾਰ ਕਰ ਰਹੇ ਸੀ। ਇੱਧਰ ਮੁੰਡੇ ਜਸਕਰਨ ਦੇ ਵਕੀਲ ਵੀ ਤੈਨਾਤ ਸਨ ਅਤੇ ਉਸਦੇ ਕੁਝ ਰਿਸ਼ਤੇਦਾਰ ਜਿਹੜੇ ਕਿ ਫੈਸਲਾ ਸੁਣਨ ਦੇ ਲਈ ਕੋਰਟ ਦੇ ਵਿੱਚ ਜਸਕਰਨ ਨੂੰ ਹਿੰਮਤ ਵਧਾਉਣ ਦੇ ਲਈ ਆਏ ਸਨ, ਅਤੇ ਦੂਜੀ ਤਰਫ ਗੁਰਲੀਨ ਦੇ ਵੀ ਵਕੀਲ ਅਤੇ ਉਸਦੇ ਮਾਤਾ ਪਿਤਾ ਆਏ ਸਨ। ਉਹ ਵੀ ਫੈਸਲਾ ਸੁਣਨ ਦੇ ਲਈ ਬੜਾ ਬੇਤਾਬ ਸਨ। ਜੱਜ ਵੀ ਅੱਜ ਇਸ ਲੰਬੇ ਚੱਲ ਰਹੇ ਕੇਸ ਨੂੰ ਖਤਮ ਕਰਨਾ ਚਾਹੁੰਦੇ ਸਨ, ਕਿਉਂਕਿ ਪਿਛਲੇ 2 ਸਾਲਾਂ ਦਾ ਲਗਾਤਾਰ ਇਹ ਕੇਸ ਚੱਲ ਰਿਹਾ ਸੀ ਅਤੇ ਅੱਜ ਜੱਜ ਸਾਹਿਬ ਠਾਣ ਕੇ ਆਏ ਸਨ ਵੀ ਅੱਜ ਇਹਨਾਂ ਦਾ ਨਿਬੇੜਾ ਕਰਾ ਕੇ ਛੱਡਣਾ ਹੈ ਅਤੇ ਇੱਕ ਪਾਸੇ ਗੱਲ ਜਿਹੜੀ ਹੈ ਤਲਾਕ ਦੀ ਲਗਾ ਹੀ ਦੇਣੀ ਹੈ। ਚਲੋ ਜੀ, ਕੇਸ ਦਾ ਫੈਸਲਾ ਦੇਣ ਤੋਂ ਪਹਿਲਾਂ ਰਸਮਾਂ ਨਿਭਾਈਆਂ ਜਾਂਦੀਆਂ ਹਨ। ਜੱਜ ਕਹਿੰਦਾ ਹੈ ਜੀ ਮੁੰਡੇ ਨੂੰ ਕਿ ਦੱਸੋ ਤੁਹਾਡਾ ਕੀ ਵਿਚਾਰ ਹੈ, ਕੋਈ ਵੀ ਗੱਲ ਤੁਹਾਡੇ ਮਨ ਦੇ ਵਿੱਚ ਰਹਿ ਨਾ ਜਾਵੇ, ਬਾਅਦ ਦੇ ਵਿੱਚ ਕਿਤੇ ਤੁਸੀਂ ਆਹ ਨਾ ਸੋਚਣ ਲੱਗ ਜਾਓ ਵੀ ਆਹ ਕੰਮ ਰਹਿ ਗਿਆ, ਅੱਜ ਮੈਂ ਫੈਸਲਾ ਦੇਣ ਲੱਗਾ ਹਾਂ, ਜੇਕਰ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਤਾਂ ਭਾਈ ਹੁਣੇ ਕਹਿ ਦਿਓ, ਨਹੀਂ ਤਾਂ ਬਾਅਦ ਦੇ ਵਿੱਚ ਫਿਰ ਕੁਝ ਵੀ ਕਹਾ ਸੁਣੀ ਆਪਾਂ ਬਰਦਾਸ਼ਤ ਨਹੀਂ ਕਰਨੀ, ਨਾ ਹੀ ਫਿਰ ਦੁਬਾਰਾ ਕੇਸ ਤੁਹਾਡਾ ਸੌਖਾ ਜਿਹਾ ਖੁੱਲ੍ਹਣਾ ਹੈ। ਚਲੋ ਜੀ, ਮੁੰਡਾ ਜਿਹੜਾ ਹੈ ਜਸਕਰਨ ਉਹ ਕਹਿੰਦਾ ਹੈ ਵੀ ਮੇਰੇ ਮਨ ਦੇ ਵਿੱਚ ਕੁਝ ਵੀ ਨਹੀਂ, ਮੈਂ ਜੋ ਵੀ ਸੀ ਉਹ ਤੁਹਾਨੂੰ ਪਹਿਲਾਂ ਹੀ ਕਹਿ ਦਿੱਤਾ ਹੈ, 2 ਸਾਲ ਹੋ ਗਏ ਇਸ ਕੇਸ ਚੱਲਦੇ ਨੂੰ, ਅੱਜ ਨਿਬੇੜਾ ਕਰਾ ਹੀ ਦਿਓ। ਹੁਣ ਜੱਜ ਕੁੜੀ ਵਾਲਿਆਂ ਵੱਲ ਦੇਖਦਾ ਹੈ ਕਿ ਭਾਈ ਤੁਸੀਂ ਦੱਸੋ ਤੁਹਾਡੇ ਮਨ ਦੇ ਵਿੱਚ ਕੋਈ ਵਿਚਾਰ, ਕੋਈ ਗੱਲ, ਕੋਈ ਬਾਤ ਰਹਿ ਗਈ ਹੋਵੇ ਅੱਜ ਹੀ ਦੱਸ ਦਿਓ, ਇਸ ਤੋਂ ਬਾਅਦ ਕਦੇ ਵੀ ਮੌਕਾ ਨਹੀਂ ਮਿਲਣਾ, ਜੋ ਵੀ ਮੌਕਾ ਹੈ ਅੱਜ ਹੀ ਹੈ। ਇੰਨੇ ਦੇ ਵਿੱਚ ਜਿਹੜੀ ਗੁਰਲੀਨ ਹੈ ਉਹ ਖੜੀ ਹੋ ਜਾਂਦੀ ਹੈ। ਵਕੀਲ ਜਿਹੜਾ ਹੈ ਉਸਨੂੰ ਬਿਠਾਉਣ ਦੀ ਕੋਸ਼ਿਸ਼ ਕਰਦਾ ਵੀ ਕੀ ਕਰਦੀ ਪਈ ਆ, ਬਹਿ ਜਾ ਚੁੱਪ ਕਰਕੇ, 2 ਸਾਲ ਹੋ ਗਏ ਮੱਥਾ ਮਾਰਦਿਆਂ ਨੂੰ, ਅੱਜ ਫੈਸਲਾ ਆਉਣਾ ਹੈ, ਅੱਜ ਕਿਉਂ ਬੋਲਣ ਨੂੰ ਉੱਠੀ ਹੈ। ਲੇਕਿਨ ਗੁਰਲੀਨ ਜਿਹੜੀ ਹੈ ਨਾ ਤਾਂ ਆਪਣੇ ਮਾਤਾ ਪਿਤਾ ਦੀ ਸੁਣਦੀ ਹੈ, ਨਾ ਹੀ ਵਕੀਲ ਦੇ ਇਸ਼ਾਰਿਆਂ ਨੂੰ ਸਮਝਦੀ ਹੈ। ਉਹ ਜਾ ਕੇ ਸਿੱਧਾ ਜੱਜ ਸਾਹਿਬ ਨੂੰ ਕਹਿ ਦਿੰਦੀ ਹੈ, ਜੱਜ ਸਾਹਿਬ ਮੈਂ ਇੱਕ ਗੱਲ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦੀ ਹਾਂ, ਮੇਰੀ ਇੱਕ ਡਿਮਾਂਡ ਹੈ। ਜੱਜ ਸਾਹਿਬ ਕਹਿੰਦੇ ਵੀ ਠੀਕ ਹੈ, ਤੁਸੀਂ ਕੇਸ ਫਾਈਲ ਕੀਤਾ ਸੀ, ਡਿਮਾਂਡਾਂ ਆਪਣੀਆਂ ਸਾਰੀਆਂ ਪਹਿਲਾਂ ਹੀ ਕੇਸ ਦੇ ਵਿੱਚ ਲਗਾ ਰੱਖੀਆਂ ਸੀ, ਇੰਨਾ ਟਾਈਮ ਹੋ ਗਿਆ ਆਪਣੇ ਇਸ ਕੇਸ ਨੂੰ ਚੱਲਦੇ ਨੂੰ, ਅੱਜ ਫੈਸਲਾ ਦੇਣ ਲੱਗੇ ਹਾਂ, ਕੀ ਡਿਮਾਂਡ ਹੈ ਭਰਾ ਤੁਹਾਡੀ, ਦੱਸੋ ਤਾਂ ਸਹੀ। ਜੋ ਵੀ ਡਿਮਾਂਡ ਹੋਏਗੀ ਜੇਕਰ ਜਾਇਜ਼ ਹੋਏਗੀ, ਜੇਕਰ ਆਪਣੇ ਫੈਸਲੇ ਦੇ ਵਿੱਚ ਫਿੱਟ ਬੈਠੇਗੀ ਤਾਂ ਆਪਾਂ ਕਰ ਦਾਂਗੇ, ਜੇਕਰ ਤੁਹਾਨੂੰ ਸਮਾਂ ਚਾਹੀਦਾ ਉਹ ਵੀ ਲੈ ਲਓ, ਕੋਈ ਗੱਲ ਨਹੀਂ। ਆਪਾਂ ਬਾਅਦ ਦੇ ਵਿੱਚ ਇਹ ਨਾ ਹੋਵੇ ਕਿ ਤੁਹਾਨੂੰ ਸਮਾਂ ਨਹੀਂ ਮਿਲਿਆ ਜੀ, ਜਾਂ ਫਿਰ ਮੇਰੇ ਸਬੂਤ ਤੁਸੀਂ ਸੁਣੇ ਨੇ, ਇਹ ਗੱਲ ਮੈਨੂੰ ਬਰਦਾਸ਼ਤ ਨਹੀਂ। ਜਿਹੜੀ ਗੁਰਲੀਨ ਹੈ ਉਹ ਕਹਿੰਦੀ, ਜੱਜ ਸਾਹਿਬ ਮੈਂ ਚਾਹੁੰਦੀ ਹਾਂ ਕਿ ਮੈਂ ਆਪਣੇ ਪਤੀ ਦੇ ਨਾਲ ਇੱਕ ਰਾਤ ਇਕੱਲਿਆਂ ਬਿਤਾਉਣਾ ਚਾਹੁੰਦੀ ਹਾਂ। ਜੱਜ ਹੈਰਾਨ ਹੋ ਜਾਂਦਾ ਹੈ, ਇਧਰੋਂ ਜਸਕਰਨ ਵੀ ਹੈਰਾਨ ਹੁੰਦਾ ਹੈ ਵੀ ਆਹ ਇਹਨੇ ਕੀ ਮੰਗ ਲਿਆ ਹੈ। ਹੁਣ ਜਿਹੜੀ ਗੁਰਲੀਨ ਹੈ ਉਹ ਕਹਿੰਦੀ ਹੈ ਕਿ ਮੈਂ ਇਸ ਦੇ ਨਾਲ ਇੱਕ ਰਾਤ ਬਿਤਾਉਣਾ ਚਾਹੁੰਦੀ ਹਾਂ, ਲੇਕਿਨ ਨਾ ਤਾਂ ਮੈਂ ਇਸ ਦੇ ਘਰ ਜਾਣਾ ਚਾਹੁੰਦੀ ਹਾਂ, ਨਾ ਹੀ ਮੈਂ ਚਾਹੁੰਦੀ ਹਾਂ ਵੀ ਇਹ ਮੇਰੇ ਘਰ ਆਵੇ। ਜੱਜ ਕਹਿੰਦਾ ਵੀ ਫਿਰ ਕੀ ਚਾਹੁੰਦੀ ਹੈ ਭਲਾ, ਦੱਸੋ ਤਾਂ ਸਹੀ। ਜਿਹੜੀ ਗੁਰਲੀਨ ਹੈ ਉਹ ਆਖਦੀ ਹੈ ਕਿ ਮੈਂ ਇੱਕ ਹੋਟਲ ਦੇ ਵਿੱਚ ਜਾਣਾ ਚਾਹੁੰਦੀ ਹਾਂ, ਮੈਂ ਹੋਟਲ ਬੁੱਕ ਕਰਾਵਾਂਗੀ ਅਤੇ ਅੱਜ ਰਾਤ ਇਹ ਮੇਰੇ ਨਾਲ ਰਵੇ, ਕੱਲ ਨੂੰ ਆਪਾਂ ਦੁਬਾਰਾ ਤੁਸੀਂ ਫੈਸਲਾ ਸੁਣਾ ਦਿਓ, ਮੈਨੂੰ ਮਨਜ਼ੂਰ ਹੈ। ਹੁਣ ਜੱਜ ਕਹਿੰਦਾ ਹੈ ਵੀ ਚਲੋ ਜੇਕਰ ਗੱਲ ਸੁਲਾਹ ਨਾਲ ਨਿਬੜਦੀ ਹੈ ਤਾਂ ਮੈਂ ਇੱਕ ਮੌਕਾ ਤੁਹਾਨੂੰ ਹੋਰ ਦੇ ਦਿੰਦਾ ਹਾਂ, ਮੈਨੂੰ ਤਾਂ 2 ਸਾਲ ਕਹਿੰਦੇ ਹੀ ਹੋ ਗਏ ਵੀ ਤੁਹਾਡੀ ਵਿਆਹ ਨੂੰ ਹਜੇ ਸਾਲ ਕਿੰਨੇ ਕੁ ਹੋਏ ਹੈ ਵੀ ਹਜੇ ਤੁਸੀਂ ਤਲਾਕ ਲੈ ਰਹੇ ਹੋ, ਤੁਸੀਂ ਕਿਉਂ ਇੱਦਾਂ ਕਰ ਰਹੇ ਹੋ, ਚਲੋ ਜੇਕਰ ਤੁਹਾਨੂੰ 1 ਦਿਨ ਚਾਹੀਦਾ ਹੈ, 1 ਰਾਤ ਤੁਸੀਂ ਮੰਗ ਰਹੇ ਹੋ, 1 ਰਾਤ ਮੇਰੇ ਵੱਲੋਂ ਲੈ ਲਓ, 2 ਰਾਤਾਂ ਤੁਸੀਂ ਇਕੱਠੇ ਬਿਤਾਓ, ਉਸ ਤੋਂ ਬਾਅਦ ਜਦੋਂ ਮਰਜ਼ੀ ਆ ਜਾਓ ਮੇਰੇ ਕੋਲੇ, ਮੈਂ ਤਾਂ ਇੱਥੇ ਹੀ ਬੈਠਾ ਹਾਂ ਅਤੇ ਜਦੋਂ ਤੁਸੀਂ ਕਹੋਗੇ ਉਦੋਂ ਫੈਸਲਾ ਦੇ ਦਾਂਗੇ, ਆਪਾਂ ਫੈਮਿਲੀ ਕੋਰਟ ਵਾਲੇ ਹਾਂ, ਆਰਾਮ ਨਾਲ ਗੱਲ ਪਿਆਰ ਨਾਲ ਨਿਬੇੜਨੀ ਹੈ। ਹੁਣ ਜੱਜ ਜਿਹੜਾ ਹੈ ਫੈਸਲਾ ਦੇ ਦਿੰਦਾ ਹੈ ਕਿ 2 ਦਿਨਾਂ ਬਾਅਦ ਆਪਾਂ ਫੈਸਲਾ ਕਰਾਂਗੇ, 2 ਦਿਨਾਂ ਦਾ ਤੁਹਾਨੂੰ ਮੌਕਾ ਦਿੱਤਾ ਅਤੇ 2 ਰਾਤਾਂ ਜਿਹੜੀਆਂ ਹੈ ਜਸਕਰਨ ਨੂੰ ਗੁਰਲੀਨ ਨੂੰ ਦੇਣੀਆਂ ਪੈਣਗੀਆਂ ਅਤੇ ਇਸ ਦੇ ਨਾਲ ਜਿਹੜੇ ਵੀ ਹੋਟਲ ਵਿੱਚ ਇਹ ਕਵੇਗੀ ਉੱਥੇ ਜਾਣਾ ਪਏਗਾ, ਖਰਚਾ ਹੋਟਲ ਦਾ ਗੁਰਲੀਨ ਦਾ ਹੋਵੇਗਾ, ਕਿਉਂਕਿ ਗੁਰਲੀਨ ਨੇ ਜਿਹੜਾ ਹੈ ਇਹ ਡਿਮਾਂਡ ਰੱਖੀ ਹੈ।
ਸਾਰੇ ਰਾਜੀ ਹੋ ਜਾਂਦੇ ਹਨ। ਹੁਣ ਕੋਰਟ ਦੇ ਬਾਹਰ ਆ ਕੇ ਗੁਰਲੀਨ ਦੇ ਮਾਤਾ ਪਿਤਾ ਉਸਨੂੰ ਝਿੜਕਦੇ ਹਨ ਵੀ ਆਹ ਕੀ ਕੀਤਾ ਕਮਲੀ ਜੀ, ਇਹ 2 ਸਾਲ ਹੋ ਗਿਆ ਪਰ ਮੱਥਾ ਮਾਰਦੇ ਨੂੰ, ਜੇਕਰ ਇਹ ਜੇ ਕੰਮ ਕਰਨੇ ਸੀ ਤਾਂ ਉਹਦੇ ਨਾਲ ਅੱਡ ਕਿਉਂ ਹੋਈ, ਤਲਾਕ ਕਿਉਂ ਲਿੱਤਾ, ਇਹ ਕੰਮ ਤਾਂ ਤੁਸੀਂ ਪਹਿਲਾਂ ਵੀ ਕਰ ਸਕਦੇ ਸੀ, ਹੁਣ ਕੀ ਤੈਨੂੰ ਆਫ਼ਤ ਆ ਪਈ ਵੀ ਜਿਹੜੇ ਤਲਾਕ ਵਾਲੇ ਦਿਨ ਤੂੰ ਇੱਕ ਰਾਤ ਉਹਦੇ ਨਾਲ ਬਿਤਾਉਣਾ ਚਾਹੁੰਦੀ ਹੈ, ਅਜਾ ਕੀ ਰੱਖਿਆ ਉਸ ਭੁੰਗ ਦੇ ਵਿੱਚ, ਕਿਉਂ ਉਹਦੇ ਨਾਲ ਕਮਲੀ ਹੋਈ ਫਿਰਦੀ ਹੈ, ਤੂੰ ਤਲਾਕ ਅੱਜ ਲੈ ਲੈਣਾ ਸੀ, ਤੇਰੇ ਸਹਿਣ ਤੇਰੇ ਹੋਏ ਪਏ ਸੀ, ਅੱਜ ਤਾਂ ਜੱਜ ਨੇ ਮੋਹਰ ਮਾਰਨੀ ਸੀ, ਸਾਰਾ ਕੰਮ ਸੀ। ਵਕੀਲ ਵੀ ਬੜਾ ਗੁੱਸਾ ਹੈ ਵੀ ਇੰਨਾ ਮੱਥਾ ਮੇਰੇ ਤੋਂ ਮਰਵਾਇਆ ਕਿਉਂ, ਜਦੋਂ ਤੁਸੀਂ ਇੰਨਾ ਕੰਮ ਹੀ ਕਰਨਾ ਸੀ। ਚਲੋ ਜੀ, ਗੁਰਲੀਨ ਕਿਸੇ ਦੀ ਨਹੀਂ ਸੁਣਦੀ ਅਤੇ ਕਹਿੰਦੀ ਹੈ ਵੀ ਮੇਰੀ ਜ਼ਿੰਦਗੀ ਹੈ, ਮੈਂ ਆਪਣੇ ਹਿਸਾਬ ਨਾਲ ਜਿਉਂਗੀ, ਮੈਨੂੰ ਲੱਗਦਾ ਹੈ ਵੀ ਉਸਨੂੰ ਇੱਕ ਹੋਰ ਮੌਕਾ ਦੇਣਾ ਚਾਹੀਦਾ ਹੈ, ਕਿਉਂਕਿ ਅੱਜ ਮੈਂ ਉਸਦੀ ਹਾਲਾਤ ਦੇਖ ਨਹੀਂ ਸਕੀ। ਕੋਰਟ ਦੇ ਵਿੱਚ ਜਦੋਂ ਉਹ ਆਇਆ ਬੜਾ ਦੁਬਲਾ ਪਤਲਾ ਸੀ, 6 ਮਹੀਨੇ ਬਾਅਦ ਉਸਨੂੰ ਮੈਂ ਅੱਜ ਦੇਖਿਆ ਹੈ ਅਤੇ ਬੜਾ ਵਿਚਾਰਾ ਦੁਬਲਾ ਪਤਲਾ ਹੋ ਗਿਆ, ਸੁੱਕ ਗਿਆ ਹੈ, ਜਿਵੇਂ ਕਿ ਕੋਈ ਚੀਜ਼ ਉਸਨੂੰ ਅੰਦਰੋਂ ਅੰਦਰੀ ਖਾਰੀ ਹੋਵੇ। ਬੜਾ ਉਹ ਤਾਂ ਮੋਟਾ ਤਾਜ਼ਾ ਸੀ, ਪੈਸੇ ਵਾਲਾ ਸੀ, ਅੱਜ ਪਤਾ ਨਹੀਂ ਉਸਨੂੰ ਕੀ ਹੋ ਗਿਆ। ਮੈਂ ਬਸ ਉਸ ਤੋਂ ਕੁਝ 4 ਕੁ ਸਵਾਲ ਪੁੱਛਾਂਗੀ ਅਤੇ ਰਾਤ ਨੂੰ ਆ ਜਾਵਾਂਗੇ, ਤੁਸੀਂ ਟੈਂਸ਼ਨ ਨਾ ਲਓ। ਲੇਕਿਨ ਜਦੋਂ ਜਸਕਰਨ ਨੂੰ ਫੋਨ ਆਉਂਦਾ ਹੈ ਵੀ ਇਸ 5-star ਹੋਟਲ ਦੇ ਵਿੱਚ ਆ ਜਾਇਓ ਅਤੇ ਵਧੀਆ ਰਾਤ ਦਾ ਕਮਰਾ ਬੁੱਕ ਕੀਤਾ ਹੈ, ਹੁਣ ਜਸਕਰਨ ਸੋਚਦਾ ਹੈ ਵੀ ਬੜੇ ਪੈਸੇ ਖਰਚ ਕੀਤੇ ਹੈ, 25,000 ਰੁਪਇਆ ਰਾਤ ਦਾ ਕਿਰਾਇਆ ਹੋਵੇ ਅਤੇ ਇਹਨੇ ਸਿਰਫ ਰਾਤ ਬਿਤਾਉਣ ਦੇ ਲਈ ਉੱਥੇ ਏਡੇ ਵੱਡੇ ਮਹਿੰਗੇ ਹੋਟਲ ਦੇ ਵਿੱਚ ਬੁੱਕ ਕਰਾ ਲਿਆ, ਕੀ ਗੱਲ ਹੈ। ਲੇਕਿਨ ਚਲੋ, ਜਸਕਰਨ ਨੇ ਸੋਚਿਆ ਵੀ ਕੋਈ ਗੱਲ ਨਹੀਂ, ਇੰਨਾ ਟਾਈਮ ਇਹਨੂੰ ਝੱਲਿਆ ਹੈ, 8-9 ਸਾਲ, ਅੱਜ ਤਾਂ ਫਿਰ ਵੀ ਇੱਕ ਰਾਤ ਦੀ ਗੱਲ ਹੈ, ਆਪਾਂ ਚਲੇ ਜਾਂਦੇ ਹਾਂ। ਹੁਣ ਜਸਕਰਨ ਜਿਹੜਾ ਹੈ ਥੋੜ੍ਹਾ ਬਹੁਤਾ ਤਿਆਰ ਹੋ ਕੇ ਚਲਾ ਜਾਂਦਾ ਹੈ। ਜਸਕਰਨ ਜਿਵੇਂ ਹੀ 5-star ਹੋਟਲ ਦੇ ਵਿੱਚ ਪਹੁੰਚਦਾ ਹੈ, ਦੇਖ ਕੇ ਹੈਰਾਨ ਰਹਿ ਜਾਂਦਾ ਹੈ ਵੀ ਅੱਜ ਗੁਰਲੀਨ ਨਵੀਂ ਵਿਆਹੀ ਬਹੂ ਵਾਂਗ ਸੱਜ ਧੱਜ ਕੇ ਆਈ ਸੀ। ਬੜਾ ਸੋਹਣਾ ਉਸਨੇ ਲਾਲ ਰੰਗ ਦਾ ਲਹਿੰਗਾ ਪਾ ਰੱਖਿਆ ਸੀ ਅਤੇ ਸੋਹਣਾ ਇੱਕ ਚੂੜਾ ਵਲ ਰੱਖਿਆ ਅਤੇ ਵਧੀਆ ਤਿਆਰ ਹੋ ਕੇ ਆਈ ਸੀ, ਜਿਵੇਂ ਅੱਜ ਹੀ ਉਸਦਾ ਵਿਆਹ ਹੋਵੇ। ਜਸਕਰਨ ਦੇਖ ਕੇ ਬੜਾ ਖੁਸ਼ ਹੋ ਜਾਂਦਾ ਹੈ ਵੀ ਚਲੋ ਵਧੀਆ ਗੱਲ ਹੈ, ਲੇਕਿਨ ਅਸਚਰਚ ਵੀ ਪੈ ਜਾਂਦਾ ਹੈ ਵੀ ਇਸਨੂੰ ਆਹ ਸਭ ਕਰਨ ਦੀ ਕੀ ਲੋੜ ਸੀ। ਜੇਕਰ ਆਹ ਸਭ ਹੀ ਕਰਨਾ ਸੀ ਤਾਂ ਫਿਰ ਆਪਾਂ ਵਿਆਹ ਚੰਗੇ ਨਹੀਂ ਸੀ, ਆਹ ਸਭ ਤਾਂ ਵਿਆਹ ਤੋਂ ਬਾਅਦ ਵੀ ਕਰਿਆ ਜਾ ਸਕਦਾ ਹੈ। ਅੱਜ ਤਲਾਕ ਤੋਂ 1 ਦਿਨ ਪਹਿਲਾਂ ਇਸਨੂੰ ਕੀ ਸੁੱਝ ਗਈ ਵੀ ਆਹ ਕੁਝ ਕਰਨ ਦਾ ਇਸਦੇ ਮਨ ਦੇ ਵਿੱਚ ਆ ਗਿਆ ਅਤੇ ਕੋਰਟ ਦੇ ਵਿੱਚ ਸਰੇਆਮ ਇਸਨੇ ਇਸ ਕੰਮ ਦੀ ਇਜਾਜ਼ਤ ਲੈ ਲਈ। ਚਲੋ ਜੀ, ਜਸਕਰਨ ਜਿਹੜਾ ਹੈ ਆ ਕੇ ਬੈੱਡ ਉੱਪਰ ਬੈਠ ਜਾਂਦਾ ਹੈ। ਹੁਣ ਗੁਰਲੀਨ ਤਾਂ ਉਸਦਾ ਇੰਤਜ਼ਾਰ ਕਰ ਹੀ ਰਹੀ ਸੀ, ਹੁਣ ਉਹ ਵੀ ਕਹਿੰਦੀ ਹੈ ਕਿਵੇਂ ਹੋ ਤੁਸੀਂ। ਜਸਕਰਨ ਕਹਿੰਦਾ ਮੈਂ ਤਾਂ ਠੀਕ ਹਾਂ, ਲੇਕਿਨ ਤੂੰ ਦੱਸ ਕਾ ਸਹੀ ਅੱਜ ਮੈਨੂੰ ਇੱਥੇ ਕਿਉਂ ਬੁਲਾਇਆ ਹੈ। ਗੁਰਲੀਨ ਆਖਦੀ ਹੈ ਤੁਹਾਨੂੰ ਤਾਂ ਪਤਾ ਹੀ ਹੈ ਮੈਂ ਤੁਹਾਨੂੰ ਕਿਉਂ ਬੁਲਾਇਆ ਹੈ। ਹੁਣ ਜਸਕਰਨ ਸੋਚਾਂ ਵਿੱਚ ਪੈ ਜਾਂਦਾ ਹੈ ਵੀ ਇਹੋ ਜਿਹੀ ਕੀ ਗੱਲ ਹੋ ਗਈ, ਇਸਨੇ ਕਿਉਂ ਬੁਲਾਇਆ ਹੈ। ਤਾਂ ਉਹ ਪੁੱਛਦਾ ਹੈ ਮੈਨੂੰ ਕਾਹਦਾ ਪਤਾ ਹੋਣਾ ਹੈ ਵੀ ਤੂੰ ਹੀ ਦੱਸ ਕਿਉਂ ਬੁਲਾਇਆ ਹੈ, ਤੂੰ ਮੈਨੂੰ ਇੱਥੇ ਬੁਲਾਇਆ ਹੈ। ਹੁਣ ਇੱਕ ਦੂਜੇ 'ਤੇ ਬਲੇਮ ਨਾ ਪਾਵੋ, ਚਲੋ ਜੋ ਵੀ ਹੈ ਸਮਾਂ ਬੀਤ ਗਿਆ, ਬੜਾ ਲੰਬੇ ਸਮੇਂ ਬਾਅਦ ਤੁਹਾਨੂੰ ਦੇਖਿਆ, ਅੱਜ ਤੁਸੀਂ ਕਾਫ਼ੀ ਤਿਆਰ ਹੋ ਕੇ ਆਏ ਲੱਗਦੇ ਹੋ, ਕੀ ਕਾਰਨ ਹੈ। ਹੁਣ ਗੁਰਲੀਨ ਕਹਿੰਦੀ ਜੀ ਬਸ ਮੇਰਾ ਮਨ ਕਰਿਆ, ਮੈਂ ਅੱਜ ਤਿਆਰ ਹੋ ਕੇ ਆ ਗਈ ਹਾਂ। ਹੁਣ ਗੁਰਲੀਨ ਪੁੱਛਦੀ ਹੈ ਵੀ ਤੁਸੀਂ ਬੜੇ ਲਿੱਸੇ ਦਿਖ ਰਹੇ ਹੋ, ਬੜੇ ਸੁੱਕ ਗਏ ਹੋ, ਕੀ ਗੱਲ ਹੈ। ਹੁਣ ਜਸਕਰਨ ਦੀਆਂ ਅੱਖਾਂ ਵਿੱਚ ਹੰਝੂ ਆ ਜਾਂਦੇ ਹਨ, ਉਹ ਕਹਿੰਦਾ ਬਸ ਆਹ ਮੈਥੋਂ ਨਾ ਪੁੱਛੋ ਵੀ ਮੇਰੀ ਸਿਹਤ ਨੂੰ ਕੀ ਹੋ ਗਿਆ ਹੈ, ਤੁਸੀਂ ਆਪਣੀਆਂ ਸੁਣਾਓ। ਗੁਰਲੀਨ ਪੁੱਛਦੀ ਹੈ ਵੀ ਕੋਈ ਗੱਲ ਨਹੀਂ, ਤੁਸੀਂ ਮੈਨੂੰ ਦੱਸ ਸਕਦੇ ਹੋ ਫਿਰ ਕੀ ਹੋਇਆ ਜੇਕਰ ਆਪਣਾ ਕੱਲ ਨੂੰ ਤਲਾਕ ਹੋ ਜਾਣਾ ਹੈ। ਅੱਜ ਦੀ ਤਰੀਕ ਤੱਕ ਤਾਂ ਆਪਾਂ ਪਤੀ ਪਤਨੀ ਆ, ਮੈਨੂੰ ਦੱਸੋ ਕਾ ਸਹੀ ਤੁਹਾਨੂੰ ਕੀ ਹੋਇਆ ਹੈ, ਆਪਣੇ ਮੰਮੀ ਡੈਡੀ ਮੇਰੇ ਸੱਸ ਸਹੁਰੇ ਤੁਹਾਡਾ ਧਿਆਨ ਨਹੀਂ ਰੱਖਦੇ ਕੀ। ਹੁਣ ਜਸਕਰਨ ਕਹਿੰਦਾ ਹੈ ਵੀ ਸੱਸ ਸਹੁਰਿਆਂ ਦੀ ਕੀ ਗੱਲ ਕਰਦੀ ਹੈ, ਉਹ ਤਾਂ ਵਿਚਾਰੇ ਆਪਣੇ ਦੋਹਾਂ ਦੀ ਟੈਂਸ਼ਨਾਂ ਵਿੱਚ ਹੀ ਅੱਜ ਤੋਂ 6 ਮਹੀਨੇ ਪਹਿਲਾਂ ਗੁਜ਼ਰ ਗਏ ਹਨ, ਮੈਂ ਤੁਹਾਨੂੰ ਦੱਸਣਾ ਠੀਕ ਨਹੀਂ ਸਮਝਿਆ ਕਿਉਂਕਿ ਤੁਸੀਂ ਕਿੰਨਾ ਸਮਾਂ ਮੇਰੇ ਨਾਲ
ਢੰਗ ਤਰ੍ਹਾਂ ਗੱਲ ਵੀ ਨਹੀਂ ਕੀਤੀ ਸੀ। ਤੁਹਾਨੂੰ ਕਿਹੜੇ ਮੂੰਹ ਨਾਲ ਦੱਸਦਾ ਵੀ ਤੁਹਾਡੇ ਸੱਸ ਸਹੁਰੇ ਜਿਹੜੇ ਹਨ ਉਹ ਨਹੀਂ ਰਹੇ ਹਨ। ਹੁਣ ਗੁਰਲੀਨ ਦੀਆਂ ਅੱਖਾਂ ਵਿੱਚ ਵੀ ਹੰਝੂ ਆ ਜਾਂਦੇ ਹਨ ਕਿਉਂਕਿ ਸੱਸ ਸਹੁਰੇ ਬਹੁਤ ਚੰਗੇ ਸਨ ਅਤੇ ਬੜਾ ਪਿਆਰ ਕਰਦੇ ਸਨ ਗੁਰਲੀਨ ਨੂੰ। ਉਹ ਮਨ ਹੀ ਮਨ ਸੋਚਦੀ ਹੈ ਵੀ ਇਹ ਤਾਂ ਮੇਥੋਂ ਪਾਪ ਹੋ ਗਿਆ ਕਿ ਮੇਰੀ ਵਜ੍ਹਾ ਨਾਲ ਜਸਕਰਨ ਦੇ ਸਿਰ ਤੇ ਹੁਣ ਮਾਤਾ ਪਿਤਾ ਨਹੀਂ ਹਨ। ਹੁਣ ਗੁਰਲੀਨ ਪੁੱਛਦੀ ਹੈ ਵੀ ਚਲੋ ਜੋ ਹੋਇਆ ਮਾੜਾ ਹੋਇਆ, ਮੈਨੂੰ ਬੜਾ ਪਛਤਾਵਾ ਹੈ, ਲੇਕਿਨ ਤੁਹਾਡੀ ਸਿਹਤ ਨੂੰ ਕੀ ਹੋਇਆ? ਕੀ ਤੁਸੀਂ ਬਿਮਾਰ ਰਹਿੰਦੇ ਹੋ? ਤੁਹਾਨੂੰ ਬੁਖਾਰ ਤਾਂ ਨਹੀਂ, ਪੋਲੀਓ, ਕੋਈ ਹੋਰ ਬਿਮਾਰੀ ਤਾਂ ਨਹੀਂ ਹੋ ਗਈ? ਗੱਲ ਕੀ ਹੈ? ਹੁਣ ਜਸਕਰਨ ਜਿਹੜਾ ਹੈ ਉਹ ਹੋਰ ਜ਼ਿਆਦਾ ਰੋਣ ਲੱਗ ਪੈਂਦਾ ਹੈ। ਕਹਿੰਦਾ ਹੈ ਕਿ ਮੈਨੂੰ ਕੈਂਸਰ ਹੋ ਗਿਆ ਹੈ, ਦਿਮਾਗ ਦੇ ਵਿੱਚ ਮੇਰੇ ਇੱਕ ਕੈਂਸਰ ਵਾਲੀ ਗੰਢ ਬਣ ਗਈ ਹੈ, ਟਿਊਮਰ ਬਣ ਗਿਆ ਹੈ। ਬੜਾ ਹੀ ਭਿਆਨਕ ਡਾਕਟਰਾਂ ਨੇ ਦੱਸਿਆ ਹੈ, 3ਜੀ ਸਟੇਜ ਤੇ ਹੈ ਅਤੇ ਕਹਿੰਦੇ ਹਨ ਕਿ 6-7 ਮਹੀਨੇ ਹਨ ਮੇਰੇ ਕੋਲ, ਉਸ ਤੋਂ ਬਾਅਦ ਮੈਂ ਇੱਥੋਂ ਚਲਿਆ ਜਾਣਾ ਹੈ, ਹਮੇਸ਼ਾ ਹਮੇਸ਼ਾ ਲਈ ਇਹ ਦੁਨੀਆਂ ਮੈਂ ਛੱਡ ਜਾਂਗਾ। ਮੈਥੋਂ ਤਾਂ ਹੁਣ ਢੰਗ ਨਾਲ ਖੜਾ ਵੀ ਨਹੀਂ ਹੋਇਆ ਜਾਂਦਾ, ਪਤਾ ਨਹੀਂ ਤੁਸੀਂ ਮੈਨੂੰ ਇੱਥੇ ਕਿਉਂ ਬੁਲਾ ਲਿਆ ਹੈ। ਹੁਣ ਗੁਰਲੀਨ ਜਿਹੜੀ ਹੈ ਉਹ ਜਸਕਰਨ ਦੇ ਪੈਰਾਂ ਵਿੱਚ ਡਿੱਗ ਜਾਂਦੀ ਹੈ। ਕਹਿੰਦੀ ਹੈ ਕਿ ਮੈਥੋਂ ਗਲਤੀ ਹੋ ਗਈ ਕਿ ਐਡੀ ਵੱਡੀ ਮੁਸੀਬਤ ਦੇ ਵਿੱਚ ਮੈਂ ਤੁਹਾਨੂੰ ਇਕੱਲਾ ਛੱਡ ਦਿੱਤਾ, ਮੈਨੂੰ ਤਾਂ ਤੁਹਾਡਾ ਸਾਥ ਦੇਣਾ ਚਾਹੀਦਾ ਸੀ, ਮੈਂ ਐਡੀ ਵੱਡੀ ਮੁਸੀਬਤ ਦੇ ਵਿੱਚ ਤੁਹਾਨੂੰ ਇਕੱਲਾ ਛੱਡ ਕੇ ਭੱਜ ਗਈ ਹਾਂ, ਮੈਥੋਂ ਇਹ ਹੋਰ ਨਹੀਂ ਹੋਣਾ, ਮੈਂ ਤੁਹਾਡੇ ਤੋਂ ਅੱਡ ਨਹੀਂ ਰਹਿ ਸਕਦੀ। ਹੁਣ ਜਸਕਰਨ ਸੋਚਾਂ ਵਿੱਚ ਪੈ ਜਾਂਦਾ ਹੈ ਵੀ ਕੱਲ ਦੀ ਤਰੀਕ ਤੱਕ ਤਾਂ ਇਹ ਮੇਰੇ ਨਾਲ ਤਲਾਕ ਲੈਣਾ ਚਾਹੁੰਦੀ ਸੀ ਅਤੇ ਅੱਜ ਇਹ ਮੇਰੇ ਨਾਲ ਇਕੱਠਾ ਰਹਿਣਾ ਚਾਹੁੰਦੀ ਹੈ। ਫਿਰ ਉਹ ਸੋਚਦਾ ਹੈ ਵੀ ਬੁਰਾਈ ਕਾਹਦੇ ਵਿੱਚ ਹੈ, ਗੁਰਲੀਨ ਇੱਕ ਚੰਗੀ ਕੁੜੀ ਹੈ ਅਤੇ ਉਹ ਤਾਂ ਆਪਣੇ ਮਾਤਾ ਪਿਤਾ ਦੇ ਆਖੇ ਲੱਗ ਕੇ ਮੈਥੋਂ ਤਲਾਕ ਲੈਣ ਲਈ ਤਿਆਰ ਹੋਈ ਸੀ। ਆਪਾਂ ਨੇ ਤਾਂ ਕਦੇ ਘਰ ਦੇ ਵਿੱਚ ਵੀ ਕੋਈ ਵੱਡੀ ਲੜਾਈ ਨਹੀਂ ਹੋਈ, ਛੋਟੀ ਮੋਟੀ ਨੋਕ ਝੋਕ ਤਾਂ ਹਰ ਘਰ ਦੇ ਵਿੱਚ ਹੁੰਦੀ ਹੈ। ਜਸਕਰਨ ਗੁਰਲੀਨ ਨੂੰ ਆਪਣੀਆਂ ਬਾਹਾਂ ਦੇ ਵਿੱਚ ਭਰ ਲੈਂਦਾ ਹੈ ਅਤੇ ਦੋਵੇਂ ਇੱਕ ਦੂਜੇ ਨਾਲ ਗਲ ਲੱਗ ਕੇ ਉੱਚੀ ਉੱਚੀ ਰੋਣ ਲੱਗ ਪੈਂਦੇ ਹਨ। ਅਤੇ ਹੁਣ ਸਵੇਰ ਹੁੰਦੀ ਹੈ, ਹੁਣ ਗੁਰਲੀਨ ਨੂੰ ਉਸਦੇ ਮਾਤਾ ਪਿਤਾ ਫੋਨ ਕਰਦੇ ਹਨ, ਬੇਟਾ ਜਸਕਰਨ ਨੇ ਤੈਨੂੰ ਕੁਝ ਕਿਹਾ ਤਾਂ ਨਹੀਂ, ਕਿਵੇਂ ਹੋ ਤੁਸੀਂ ਅਤੇ ਤੁਸੀਂ ਜਲਦੀ ਘਰੇ ਆ ਜਾਵੋ, ਕੱਲ ਨੂੰ ਆਪਣੀ ਤਰੀਕ ਹੈ। ਵਕੀਲ ਸਾਹਿਬ ਨੇ ਕਿਹਾ ਹੈ ਇਸ ਵਾਰ ਪੂਰੀ ਤਿਆਰੀ ਕਰਕੇ ਇੱਕ ਦੂਜੇ ਨੂੰ ਸਮਝਾ ਬੁਝਾ ਕੇ ਜਾਣਾ ਹੈ, ਕੋਈ ਵੀ ਗਲਤੀ ਦੁਬਾਰਾ ਨਹੀਂ ਹੋਣੀ ਚਾਹੀਦੀ। ਹੁਣ ਗੁਰਲੀਨ ਆਪਣੇ ਮਾਤਾ ਪਿਤਾ ਨੂੰ ਅੱਗੋਂ ਕਹਿੰਦੀ ਹੈ ਵੀ ਕਿਹੜੀ ਗਲਤੀ ਦੀ, ਕਿਹੜੇ ਵਕੀਲ ਦੀ, ਕਿਹੜੇ ਕੇਸ ਦੀ ਗੱਲ ਕਰਦੇ ਹੋ? ਕੇਸ ਤਾਂ ਸਾਡਾ ਰਾਤ ਗੱਲਬਾਤ ਨਾਲ ਹੀ ਨਿਬੜ ਗਿਆ ਹੈ, ਮੈਂ ਤਾਂ ਹੁਣ ਜਸਕਰਨ ਨਾਲ ਰਵਾਂਗੀ। ਹੁਣ ਮਾਪੇ ਕਹਿੰਦੇ ਹਨ ਪਾਗਲ ਨਾ ਬਣ, 2 ਸਾਲ ਹੋ ਗਿਆ ਸਾਨੂੰ ਧੱਕੇ ਖਾਂਦੇ ਨੂੰ ਅਤੇ ਉਦੋਂ ਤੈਨੂੰ ਇਹ ਗੱਲ ਯਾਦ ਨਹੀਂ ਆਈ, ਹੁਣ ਤੈਨੂੰ ਇਕਦਮ ਕੀ ਗੱਲ ਯਾਦ ਆ ਗਈ ਹੈ? ਗੁਰਲੀਨ ਕਹਿੰਦੀ ਬਸ ਹੁਣ ਤੁਸੀਂ ਨਾ ਬੋਲੋ, ਤੁਸੀਂ ਮੇਰਾ ਘਰ ਬਹੁਤ ਪਹਿਲਾਂ ਉਜਾੜ ਚੁੱਕੇ ਹੋ, ਹੁਣ ਮੈਂ ਤੁਹਾਨੂੰ ਦੂਜਾ ਮੌਕਾ ਨਹੀਂ ਦੇਣਾ, ਅੱਜ ਤੋਂ ਮੈਂ ਤੁਹਾਡੀ ਧੀ ਨਹੀਂ, ਮੈਂ ਹੁਣ ਇੱਕ ਘਰ ਵਾਲੀ ਹਾਂ ਅਤੇ ਮੈਨੂੰ ਆਪਣੇ ਸਹੁਰੇ ਘਰ ਆਰਾਮ ਨਾਲ ਵਸਣ ਦੋ, ਸਹੁਰਾ ਘਰ ਕਿਹੜਾ ਰਹਿ ਗਿਆ, ਇਹ ਤਾਂ ਮੇਰੇ ਪਤੀ ਦਾ ਘਰ ਹੈ, ਸਹੁਰਾ ਸਾਹਿਬ ਤਾਂ 6 ਮਹੀਨੇ ਪਹਿਲਾਂ ਵੀ ਚੜ੍ਹਾਈ ਕਰ ਗਏ ਸਨ, ਮੈਨੂੰ ਤਾਂ ਇਸ ਦੀ ਜਾਣਕਾਰੀ ਨਹੀਂ ਸੀ, ਨਹੀਂ ਤਾਂ ਇਹ ਕਦਮ ਮੈਂ ਬਹੁਤ ਪਹਿਲਾਂ ਤਾਂ ਚੁੱਕ ਲੈਣਾ ਸੀ। ਹੁਣ ਗੁਰਲੀਨ ਦੇ ਘਰ ਵਾਲੇ ਜਿਹੜੇ ਹਨ ਉਹ ਕਹਿੰਦੇ ਹਨ ਸਾਨੂੰ ਤਾਂ ਪਤਾ ਸੀ, ਅਸੀਂ ਤੈਨੂੰ ਤਾਂ ਨਹੀਂ ਦੱਸਿਆ ਵੀ ਬੁੱਢੇ ਮਰ ਗਏ ਹਨ, ਤੈਨੂੰ ਕੀ ਫਰਕ ਪੈਂਦਾ ਹੈ? ਹੁਣ ਗੁਰਲੀਨ ਕਹਿੰਦੀ ਹੈ ਵੀ ਬਹੁਤ ਹੋ ਗਿਆ, ਮੈਂ ਤੁਹਾਡੀ ਇੱਕ ਗੱਲ ਵੀ ਨਹੀਂ ਸੁਣਨੀ, ਤੁਸੀਂ ਬਹੁਤ ਮੈਨੂੰ ਤੰਗ ਕਰ ਲਿਆ, ਬਹੁਤ ਮੈਨੂੰ ਪਰੇਸ਼ਾਨ ਕਰ ਲਿਆ, ਮੇਰਾ ਘਰ ਤੁਹਾਡੇ ਕਾਰਨ ਪੱਟਿਆ ਗਿਆ ਹੈ, ਹੁਣ ਮੈਥੋਂ ਬਰਦਾਸ਼ਤ ਨਹੀਂ ਹੁੰਦਾ, ਹੁਣ ਮੈਂ ਜਸਕਰਨ ਦੇ ਨਾਲ ਹੀ ਆਪਣੀ ਜ਼ਿੰਦਗੀ ਜਿਹੜੀ ਹੈ ਉਹ ਗੁਜ਼ਾਰਨਾ ਚਾਹੁੰਦੀ ਹਾਂ, ਇਹਨਾਂ ਕਰਕੇ ਜਿਹੜੀ ਗੁਰਲੀਨ ਹੈ ਉਹ ਫੋਨ ਕੱਟ ਦਿੰਦੀ ਹੈ। ਹੁਣ ਜਸਕਰਨ ਜਿਹੜਾ ਹੈ ਗੁਰਲੀਨ ਨੂੰ ਆਪਣੇ ਘਰ ਲੈ ਕੇ ਚਲਿਆ ਜਾਂਦਾ ਹੈ। ਦੋਵੇਂ ਬੜੇ ਹਸੀ ਖੁਸ਼ੀ ਰਹਿੰਦੇ ਹਨ ਅਤੇ ਕਦੇ ਵੀ ਦੁਬਾਰਾ ਕਿਸੇ ਹੋਰ ਦੀਆਂ ਗੱਲਾਂ ਦੇ ਵਿੱਚ ਆ ਕੇ ਆਪਣੇ ਘਰ ਨੂੰ ਤੋੜਨ ਦਾ ਪ੍ਰਣ ਨਹੀਂ ਲੈਂਦੇ। ਹੁਣ ਗੁਰਲੀਨ ਜਿਹੜੀ ਹੈ ਚੰਗੇ ਡਾਕਟਰਾਂ ਨੂੰ ਦਿਖਾਉਂਦੀ ਹੈ, ਵਧੀਆ ਉਸਦਾ ਇਲਾਜ ਕਰਾਇਆ ਜਾਂਦਾ ਹੈ, ਲੇਕਿਨ ਜਦੋਂ ਕਿਤੇ ਵੀ ਲੋਟ ਨਹੀਂ ਆਉਂਦਾ
ਤਾਂ ਉਹਨਾਂ ਨੂੰ ਪਤਾ ਲੱਗਦਾ ਵੀ ਸ਼ਿਮਲੇ ਇੱਕ ਬੜਾ ਵਧੀਆ ਵੈਦ ਹੈ, ਉੱਥੇ ਜਾ ਕੇ ਇਲਾਜ ਕਰਾਉਂਦੇ ਹਾਂ। ਹੁਣ ਜਿਵੇਂ ਹੀ ਸ਼ਿਮਲਾ ਪਹੁੰਚਦੇ ਹਨ, ਵੈਦ ਕਹਿੰਦਾ ਇਲਾਜ ਤਾਂ ਕਰ ਦਿਆਂਗਾ ਲੇਕਿਨ ਬਹੁਤ ਮਹਿੰਗੀ ਜੜੀ ਬੂਟੀਆਂ ਆਣਗੀਆਂ, ਕੇਸਰ ਦੇ ਪੱਤਿਆਂ ਨਾਲ ਇਸ ਨੂੰ ਆਹ ਦਵਾਈ ਰੋਜ਼ ਦੀ ਲੈਣੀ ਪੈਣੀ ਹੈ, ਬਹੁਤ ਮਹਿੰਗਾ ਇਲਾਜ ਹੈ, ਜੇਕਰ ਤੁਸੀਂ ਚਾਹੋ ਤਾਂ ਮੈਂ ਕਰ ਸਕਦਾ ਹਾਂ। ਹੁਣ ਵੈਦ ਦੀਆਂ ਗੱਲਾਂ ਸੁਣ ਕੇ ਉਸਨੂੰ ਵੀ ਥੋੜਾ ਭਰੋਸਾ ਹੋ ਜਾਂਦਾ ਹੈ ਅਤੇ ਉਹ ਵੀ ਆਪਣੇ ਗਹਿਣੇ ਜਿਹੜੇ ਹੈ ਗਿਰਵੀ ਰੱਖ ਕੇ ਜਸਕਰਨ ਦੇ ਇਲਾਜ ਲਈ ਤਿਆਰ ਹੋ ਜਾਂਦੀ ਹੈ। ਥੋੜੇ ਸਮੇਂ ਬਾਅਦ ਜਿਹੜਾ ਜਸਕਰਨ ਹੈ ਬੜੇ ਚਮਤਕਾਰੀ ਢੰਗ ਨਾਲ ਤੰਦਰੁਸਤ ਹੋਣਾ ਸ਼ੁਰੂ ਹੋ ਜਾਂਦਾ ਹੈ। ਡਾਕਟਰ ਵੀ ਦੇਖ ਕੇ ਹੈਰਾਨ ਰਹਿ ਜਾਂਦੇ ਹਨ ਵੀ ਕਿਹੜੀ ਦਵਾ ਇਸ ਨੂੰ ਅਸਰ ਕਰ ਗਈ ਹੈ, ਅਸੀਂ ਤਾਂ ਕਹਿੰਦੇ ਸੀ ਵੀ 6 ਮਹੀਨਿਆਂ ਵਿੱਚ ਇਸਦਾ ਦੇਹਾਂਤ ਹੋ ਜਾਣਾ ਹੈ, ਇਹ ਇਸ ਦੁਨੀਆਂ ਤੋਂ ਚਲਾ ਜਾਣਾ ਹੈ, ਲੇਕਿਨ ਅੱਜ ਇਹ ਤਾਂ ਚੰਗਾ ਪਲਾ ਹੈ। ਇਸਦੀ ਕੈਂਸਰ ਦੀ ਸਟੇਜ 3 ਤੋਂ ਘੱਟ ਕੇ ਸਿੱਧਾ 1 ਆ ਗਈ ਹੈ ਅਤੇ ਹੁਣ ਇਸਦਾ ਇਲਾਜ ਦਵਾਈਆਂ ਨਾਲ ਕੀਤਾ ਜਾ ਸਕਦਾ ਹੈ। ਜਸਕਰਨ ਬੜਾ ਖੁਸ਼ ਸੀ ਵੀ ਗੁਰਲੀਨ ਨੇ ਦੁਬਾਰਾ ਉਸਦੀ ਜ਼ਿੰਦਗੀ ਦੇ ਵਿੱਚ ਆ ਕੇ ਉਸਦੀਆਂ ਸਾਰੀਆਂ ਟੈਨਸ਼ਨਾਂ ਖਤਮ ਕਰ ਦਿੱਤੀਆਂ, ਜ਼ਿੰਦਗੀ ਨੂੰ ਦੁਬਾਰਾ ਸੁਖਾਲਾ ਕਰ ਦਿੱਤਾ ਅਤੇ ਵਧੀਆ ਉਸਦੀ ਸੇਵਾ ਕੀਤੀ। ਤਾਂ ਹੀ ਕਰਕੇ ਜਸਕਰਨ ਜਿਹੜਾ ਹੈ ਅੱਜ ਜ਼ਿੰਦਾ ਹੈ, ਨਹੀਂ ਤਾਂ ਪਹਿਲਾਂ ਵਾਲੀਆਂ ਟੈਨਸ਼ਨਾਂ ਨੇ ਤਾਂ ਉਸਨੂੰ ਖਾ ਹੀ ਜਾਣਾ ਸੀ। ਪਹਿਲਾਂ ਮਾਤਾ ਪਿਤਾ ਦੀ ਟੈਨਸ਼ਨ ਹੁੰਦੀ, ਉਸ ਤੋਂ ਬਾਅਦ ਤਲਾਕ ਦੀ ਟੈਨਸ਼ਨ ਅਤੇ ਬਾਅਦ ਦੇ ਵਿੱਚ ਤਾਂ ਉਹ ਵਿਚਾਰਾ ਜਮਾਂ ਹੀ ਵੱਢਿਆ ਜਾਣਾ ਸੀ, ਲੇਕਿਨ ਜੋ ਹੋਇਆ ਚੰਗਾ ਹੋਇਆ। ਅੱਜ ਜਸਕਰਨ ਅਤੇ ਗੁਰਲੀਨ ਵਧੀਆ ਆਪਣੇ ਆਪਣੇ ਘਰਾਂ ਦੇ ਵਿੱਚ ਚੰਗੀ ਤਰੀਕੇ ਦੇ ਨਾਲ ਰਹਿੰਦੇ ਹਨ। ਹਾਂਜੀ ਦੋਸਤੋ, ਕਿਵੇਂ ਲੱਗੀ ਤੁਹਾਨੂੰ ਇਹ ਕਹਾਣੀ ਕਿ ਗੁਰਲੀਨ ਨੇ ਜਸਕਰਨ ਨਾਲ ਦੁਬਾਰਾ ਰਹਿਣ ਦਾ ਫੈਸਲਾ ਕਰਕੇ ਸਹੀ ਕੀਤਾ ਜਾਂ ਨਹੀਂ, ਤੁਹਾਡੀ ਇਸ ਬਾਰੇ ਕੀ ਰਾਏ ਹੈ ਦੱਸੋ ਜੀ ਕਮੈਂਟ ਦੇ ਵਿੱਚ। ਸਾਨੂੰ ਤੁਹਾਡੇ ਕਮੈਂਟ ਦਾ ਇੰਤਜ਼ਾਰ ਰਹੇਗਾ। ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਜੀ, ਨਾਲ ਲੱਗਦੀ ਬੈਲ ਆਈਕਨ ਨੂੰ ਦਬਾ ਦਿਓ ਜਿਸ ਨਾਲ ਹਰ ਇੱਕ ਨਵੀਂ ਤਾਜ਼ੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ। ਹਾਂਜੀ ਦੋਸਤੋ, ਦਿਓ ਇਜਾਜ਼ਤ, ਮੈਂ ਤੁਹਾਡਾ ਦੋਸਤ ਅਮਨਦੀਪ ਸਿੰਘ, ਧੰਨਵਾਦ।